ਉਹ ਚਾਹੁੰਦੇ ਆ ਸਿਰਫ ਔਰ ਸਿਰਫ ਜਿਹੜੇ ਅਪਰ ਕਾਸਟ ਹਿੰਦੂ ਆ ਉਹੀ ਇਹਨਾਂ ਲੋਕਾਂ 'ਤੇ ਰਾਜ ਕਰਨ, ਉਹੀ ਮਨੂ ਸਮ੍ਰਿਤੀ ਇਹ ਚਾਹੁੰਦੇ ਆ ਕਿ ਇਸ ਦੇਸ਼ ਦੇ ਵਿੱਚ ਲਾਗੂ ਹੋਵੇ। ਕੋਰਟ ਨੇ ਗੱਲ ਕਹੀ ਆ ਕਿ ਉਦੋਂ ਤੱਕ ਕਾਲਜ ਦੇ ਵਿੱਚ ਧਾਰਮਿਕ ਚਿੰਨ੍ਹ ਨਾ ਪਾਇਆ ਜਾਵੇ ਜਦੋਂ ਤੱਕ ਅਗਲਾ ਫੈਸਲਾ ਨਹੀਂ ਹੋ ਜਾਂਦਾ, ਕਿਉਂਕਿ ਧਾਰਮਿਕ ਚਿੰਨ੍ਹ ਪਹਿਨਣ ਦੇ ਨਾਲ ਭੜਕਾਹਟ ਪੈਦਾ ਹੋ ਸਕਦੀ ਆ। ਹੋ ਸਕਦਾ ਮੇਰੀ ਪੱਗ ਦੇਖ ਕੇ ਵੀ ਕਿਸੇ ਨੂੰ ਦੁੱਖ ਪਹੁੰਚਦਾ ਹੋਵੇ, ਇਹ ਸਾਡਾ ਦੇਸ਼ ਨਹੀਂ ਹੈ। ਜਿਹਾ ਜਿਹਾ ਉਹਨਾਂ ਨੂੰ ਭਗਵਾਂ ਪਿਆਰਾ, ਇਹੋ ਜਿਹਾ ਸਾਨੂੰ ਖਾਲਿਸਤਾਨੀ ਰੰਗ ਵੀ ਪਿਆਰਾ ਹੈ। ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਦੋਸਤੋ, ਅੱਜ ਸਰਕਾਰ ਦੀ ਹਾਲਤ ਦੇਖ ਕੇ ਉਹਨਾਂ 'ਤੇ ਤਰਸ ਵੀ ਆਉਂਦਾ ਅਤੇ ਉਹਨਾਂ 'ਤੇ ਦਇਆ ਵੀ ਆਉਂਦੀ ਆ, ਕਿਉਂਕਿ ਉਹ ਸਾਡੇ ਦੇਸ਼ ਨੂੰ, ਜਿਹੜਾ ਸਾਡਾ ਦੇਸ਼ ਸਾਡੇ ਉਹਨਾਂ ਸੰਘਰਸ਼ੀ ਯੋਧਿਆਂ ਨੇ, ਉਹਨਾਂ ਆਜ਼ਾਦੀ ਘੁਲਾਟੀਆਂ ਨੇ ਆਪਣੀਆਂ ਜਾਨਾਂ ਵਾਰ ਕੇ ਇਹ ਜਿਹੜਾ ਦੇਸ਼ ਬੰਨਿਆ, ਇਹ ਉਸ ਦੇਸ਼ ਨੂੰ ਕਿਸ ਪਾਸੇ ਲੈ ਕੇ ਜਾ ਰਹੇ ਹਾਂ। ਤੁਸੀਂ 2014 ਤੋਂ ਬਾਅਦ ਉਹਨਾਂ ਦੀਆਂ ਨੀਤੀਆਂ ਸਮਝ ਲਈਆਂ ਹੋਣੀਆਂ। ਉਹ ਸਿਰਫ ਔਰ ਸਿਰਫ ਚਾਹੁੰਦੇ ਆ ਕਿ ਇਸ ਦੇਸ਼ ਦੇ ਵਿੱਚ ਜਿਹੜੀ ਦੇਸ਼ ਦੀ ਜਨਤਾ ਹੈ ਉਹ ਗਰੀਬੀ ਹੰਡਾਵੇ, ਗਰੀਬੀ ਦੇ ਵਿੱਚ ਰਹੇ। ਉਹ ਚਾਹੁੰਦੇ ਆ ਸਿਰਫ ਔਰ ਸਿਰਫ ਜਿਹੜੇ ਅਪਰ ਕਾਸਟ ਹਿੰਦੂ ਆ ਉਹੀ ਇਹਨਾਂ ਲੋਕਾਂ 'ਤੇ ਰਾਜ ਕਰਨ, ਉਹੀ ਮਨੂ ਸਮ੍ਰਿਤੀ ਇਹ ਚਾਹੁੰਦੇ ਆ ਕਿ ਇਸ ਦੇਸ਼ ਦੇ ਵਿੱਚ ਲਾਗੂ ਹੋਵੇ। ਪਰ ਉਹਨਾਂ ਦਾ ਭੁਲੇਖਾ ਹੈ, ਇਹ ਉਹਨਾਂ ਦਾ ਭੁਲੇਖਾ, ਕਿਉਂਕਿ ਜਿਹੜਾ ਹਿੰਦੂ ਸੱਚਾ ਹਿੰਦੂ ਆ, ਜਿਹੜਾ ਹਿੰਦੂ ਦੇਸ਼ ਦੇ ਲਈ ਦਰਦ ਰੱਖਦਾ ਹੈ, ਉਹ ਅੱਜ ਵੀ ਸਾਡੇ ਨਾਲ ਖੜਾ ਹੈ। ਉਹ ਅੱਜ ਵੀ ਸਮਝ ਸਕਦਾ ਹੈ ਕਿ ਧਾਰਮਿਕ ਚਿੰਨ੍ਹ ਪਹਿਨਣ ਦੇ ਨਾਲ ਕਦੇ ਵੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਦੀ। ਅੱਜ ਤੁਸੀਂ ਅੱਜ ਅਖਬਾਰ ਦੇ ਵਿੱਚ ਕੋਰਟ ਦਾ ਫੈਸਲਾ ਪੜ੍ਹਿਆ ਹੋਣਾ, ਪੰਜਾਬੀ ਟ੍ਰਿਬਿਊਨ ਦੇ ਵਿੱਚ ਪੜ੍ਹ ਲਿਓ ਜੇ ਨਹੀਂ ਕਿਸੇ ਨੇ ਪੜ੍ਹਿਆ। ਉਸਨੇ ਵੀ ਇਹ ਗੱਲ ਕਹੀ ਆ, ਕੋਰਟ ਨੇ ਗੱਲ ਕਹੀ ਆ ਕਿ ਉਦੋਂ ਤੱਕ ਕਾਲਜ ਦੇ ਵਿੱਚ ਧਾਰਮਿਕ ਚਿੰਨ੍ਹ ਨਾ ਪਾਇਆ ਜਾਵੇ ਜਦੋਂ ਤੱਕ ਅਗਲਾ ਫੈਸਲਾ ਨਹੀਂ ਹੋ ਜਾਂਦਾ, ਕਿਉਂਕਿ ਧਾਰਮਿਕ ਚਿੰਨ੍ਹ ਪਹਿਨਣ ਦੇ ਨਾਲ ਭੜਕਾਹਟ ਪੈਦਾ ਹੋ ਸਕਦੀ ਆ। ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਚਾਹੁੰਦਾ, ਸਾਡੇ ਵਿੱਚ ਹਿੰਦੂ ਵੀ ਖੜ੍ਹੇ ਆ, ਸਿੱਖ ਵੀ ਖੜ੍ਹੇ ਆ, ਮੁਸਲਮਾਨ ਵੀ ਖੜ੍ਹੇ ਆ, ਹੋਰ ਵੀ ਕਮਿਊਨਿਟੀ ਖੜ੍ਹੀ ਹੋਊਗੀ, ਕਿਹਦੇ ਮਨ ਦੇ ਵਿੱਚ ਭੜਕਾਹਟ ਪੈਦਾ ਹੋ ਰਹੀ ਆ? ਮੇਰੇ ਸਿਰ 'ਤੇ ਪੱਗ ਦੇ ਇੱਕ, ਤੁਹਾਡੇ ਮਨ ਦੇ ਵਿੱਚ ਭੜਕਾਹਟ ਕਿਸੇ ਦੇ ਪੈਦਾ ਹੋ ਰਹੀ ਆ? ਉਹ ਸਾਡੀ ਭੈਣ ਖੜ੍ਹੀ ਆ ਬੁਰਕਾ ਪਾਈ, ਮੇਰੇ ਮਨ ਦੇ ਵਿੱਚ ਤਾਂ ਕੋਈ ਭੜਕਾਹਟ ਨਹੀਂ ਪੈਦਾ ਹੋ ਰਹੀ। ਸਾਡੇ ਕੋਟਾਂ ਦੇ ਵਿੱਚ ਵੀ ਅੱਜ RSS ਦੇ ਲੋਕ ਬੈਠੇ ਆ। ਸਾਨੂੰ ਸਮਝਣਾ ਪਊਗਾ ਕਿ ਅੱਜ ਜੇ ਸਾਡੀ ਕਿਸੇ ਭੈਣ ਨੂੰ ਕਾਲਜ ਦੇ ਵਿੱਚ ਬੁਰਕਾ ਪਾਉਣ 'ਤੇ ਮਨਾ ਕੀਤਾ ਜਾ ਸਕਦਾ, ਤਾਂ ਕੱਲ੍ਹ ਨੂੰ ਹੋ ਸਕਦਾ ਮੇਰੇ ਕੜਾ ਪਾਉਣ 'ਤੇ ਵੀ ਕਿਸੇ ਨੂੰ ਦੁੱਖ ਪਹੁੰਚਦਾ ਹੋਵੇ, ਹੋ ਸਕਦਾ ਮੇਰੀ ਪੱਗ ਦੇਖ ਕੇ ਵੀ ਕਿਸੇ ਨੂੰ ਦੁੱਖ ਪਹੁੰਚਦਾ ਹੋਵੇ।
ਇਹ ਸਾਡਾ ਦੇਸ਼ ਨਹੀਂ ਹੈ, ਇਹ ਸਾਡਾ ਦੇਸ਼ ਨਹੀਂ ਹੈ। ਸਾਡਾ ਦੇਸ਼ ਅਲੱਗ ਅਲੱਗ ਧਰਮਾਂ ਤੋਂ, ਅਲੱਗ ਅਲੱਗ ਕੌਮਾਂ ਤੋਂ, ਅਲੱਗ ਅਲੱਗ ਕਮਿਊਨਿਟੀਆਂ ਤੋਂ ਬਣਿਆ ਸਾਡਾ ਦੇਸ਼। ਇਹ ਸਾਡਾ ਦੇਸ਼ ਨਹੀਂ ਹੋ ਸਕਦਾ, ਭਗਵਾਂ ਸਾਡਾ ਦੇਸ਼ ਨਹੀਂ ਹੋ ਸਕਦਾ। ਇਹਨਾਂ ਦਾ ਵਸ ਚੱਲੇ, ਇਹ ਸਾਰੇ ਇੱਕ ਸੂਬੇ ਦੇ ਵਿੱਚ ਤਿਰੰਗੇ ਦੀ ਜਗ੍ਹਾ 'ਤੇ ਭਗਵਾਂ ਲਹਿਰਾ ਦੇਣ। ਪਰ ਜੇ ਉਹ, ਮੈਂ ਸਾਫ਼ ਕਹਿ ਦੇਣਾ ਚਾਹੁੰਦਾ ਕਿ ਦੇਸ਼ ਦੇ ਟੁਕੜੇ ਹੋ ਜਾਣਗੇ ਜੇ ਉਹ ਇਸ ਤਰ੍ਹਾਂ ਦਾ ਕੋਈ ਕਦਮ ਚੁੱਕਣਾ ਚੁੱਕਣ ਦੇ ਵੱਲ ਜਾਣਗੇ ਵੀ ਜੇ, ਕਿਉਂਕਿ ਜਿਹਾ ਜਿਹਾ ਉਹਨਾਂ ਨੂੰ ਭਗਵਾਂ ਪਿਆਰਾ, ਇਹੋ ਜਿਹਾ ਸਾਨੂੰ ਖਾਲਿਸਤਾਨੀ ਰੰਗ ਵੀ ਪਿਆਰਾ। ਮੈਂ ਤੁਹਾਨੂੰ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦੇਣਾ ਚਾਹੁੰਦਾ, ਇਹ ਦੇਸ਼ ਸਾਡੇ ਦੇਸ਼ ਭਗਤਾਂ ਨੇ ਬਣਾਇਆ, ਇਹਨਾਂ RSS ਦੇ ਉਹਨਾਂ ਲੋਕਾਂ ਨੇ ਨਹੀਂ ਬਣਾਇਆ ਜਿਹੜੇ ਆਜ਼ਾਦੀ ਦੇ ਸਮੇਂ ਦੇ ਵਿੱਚ ਅੰਗਰੇਜ਼ਾਂ ਦੇ ਨਾਲ ਖੜੇ ਸੀ। ਇਹ ਸਾਡੇ ਕੁਰਬਾਨੀਆਂ ਦੇ ਕੇ, ਸਾਡੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦੇ ਨਾਲ ਦੇਸ਼ ਬੰਨਿਆ ਗਿਆ। ਇਹ ਇਸ ਦੇਸ਼ ਨੂੰ ਇੱਕ ਰੱਖਣਾ ਹੈ। ਇਹ ਜੇ ਭਾਰਤ ਆ ਤਾਂ ਭਾਰਤ ਹੀ ਰਹਿਣਾ ਚਾਹੀਦਾ। ਤਿਰੰਗੇ ਨੂੰ ਸਾਡਾ ਸਲਾਮ ਆ, ਔਰ ਤਿਰੰਗਾ ਸਾਡੇ ਦੇਸ਼ ਦੀ ਸ਼ਾਨ ਆ। ਇਸ ਦੇ ਉੱਤੇ ਜੇ ਕੋਈ ਵਾਰ ਕਰੂਗਾ, ਜੇ ਕੋਈ ਇਸ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਊਣਤਾ ਹੀ ਕਰੂਗਾ ਤਾਂ ਬਰਦਾਸ਼ਤ ਨਹੀਂ ਕੀਤਾ ਜਾਊਗਾ। ਤੇ ਦੂਸਰੀ ਗੱਲ, ਇਹ ਮੈਨੂੰ ਤਰਸ ਉਹਨਾਂ ਨੌਜਵਾਨਾਂ ਤੇ ਵੀ ਆਉਂਦਾ ਜਿਹੜੇ ਉਸ ਦਿਨ ਕਾਲਜ ਦੇ ਵਿੱਚ ਉਸ ਇਕੱਲੀ ਕੁੜੀ ਦੇ ਮਗਰ ਨਾਰੇ ਲਾ ਰਹੇ ਸੀ ਜੈ ਸ਼੍ਰੀ ਰਾਮ ਦੇ। ਸਰਕਾਰਾਂ ਕੀ ਦੇਣਾ ਚਾਹੁੰਦੀਆਂ ਨੌਜਵਾਨਾਂ ਨੂੰ? ਸਰਕਾਰਾਂ ਕਿਹੋ ਜਿਹਾ ਦੇਸ਼ ਦੇਣਾ ਚਾਹੁੰਦੀਆਂ ਨੌਜਵਾਨਾਂ ਨੂੰ? ਸਰਕਾਰਾਂ ਕਿਹੋ ਜਿਹਾ ਭਵਿੱਖ ਦੇਣਾ ਚਾਹੁੰਦੀਆਂ ਨੌਜਵਾਨਾਂ ਨੂੰ? ਤੁਸੀਂ ਉਸ ਘਟਨਾ ਤੋਂ ਆਪਣੇ ਆਪ ਮੁਹਾਰੇ ਜਾਣਗੇ ਹੋਊਗੇ। ਇਹ ਸਿਰਫ ਔਰ ਸਿਰਫ ਅਪਰ ਕਾਸਟ ਹਿੰਦੂਆਂ ਜਿਹੜੇ ਉਹੀ ਰਾਜ ਕਰਨਾ ਚਾਹੁੰਦੇ ਆ। ਜੇ ਕਿਸੇ ਦੇ ਮਨ ਦੇ ਵਿੱਚ ਵਹਿਮ ਹੋਵੇ, ਜਿਹੜੇ ਦਲਿਤ ਹਿੰਦੂ ਆ ਉਹ ਵੜ ਕੇ ਦਿਖਾ ਦੇਣ ਉਹਨਾਂ ਮੰਦਰਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਸਿਰਫ ਸਵਰਨ ਤੇ ਅਪਰ ਕਾਸਟ ਹਿੰਦੂ ਜਾਂਦੇ ਆ, ਉਹਨਾਂ ਨੂੰ ਵੀ ਵੜਨ ਦੀ ਮਨਾਹੀ ਆ। ਇਸ ਕਰਕੇ ਜਦੋਂ ਸਾਡੇ ਦੇਸ਼ ਦੇ ਰਾਸ਼ਟਰਪਤੀ ਨਹੀਂ ਜਾ ਸਕਦੇ ਉਹਨਾਂ ਮੰਦਰਾਂ ਦੇ ਵਿੱਚ, ਤਾਂ ਦਲਿਤ ਕਮਿਊਨਿਟੀ ਜੋ ਹਿੰਦੂ ਆ ਉਹ ਵੀ ਸੋਚ ਲਵੇ ਕਿ ਉਹ ਵੀ ਨਹੀਂ ਜਾ ਸਕਦੇ। ਜੇ ਦੇਸ਼ ਦੇ ਵਿੱਚ ਭਗਵਾਕਰਨ ਕਰਨ ਦੀ ਗੱਲ ਕਰ ਰਹੇ ਹਾਂ, ਦੇਸ਼ ਨੂੰ ਹਿੰਦੂ ਦੇਸ਼ ਰਾਸ਼ਟਰ ਘੋਸ਼ਿਤ ਕਰਨ ਦੀ ਗੱਲ ਕਰ ਰਹੇ ਹਾਂ, ਤਾਂ ਉਹ ਹਿੰਦੂ ਵੀ ਸਾਡੇ ਵਿੱਚ ਹੀ ਆਉਣਗੇ। ਉਹਨਾਂ ਨੂੰ ਵੀ ਉਹ ਵੀ ਆਪਣੇ ਆਪ ਨੂੰ ਸੇਫ ਨਾ ਸਮਝਣ। ਔਰ ਜਦੋਂ ਤੱਕ ਇਹ ਸਰਕਾਰ ਸੈਂਟਰ ਦੇ ਵਿੱਚ ਰਹੂਗੀ, ਜਦੋਂ ਤੱਕ, ਮੈਂ ਸਾਫ਼ ਕਰ ਦੇਣਾ ਚਾਹੁੰਦਾ ਕਿ ਜਦੋਂ ਤੱਕ ਇਹ ਸਰਕਾਰ ਸੈਂਟਰ ਦੇ ਵਿੱਚ ਰਹੂਗੀ ਇਹੋ ਜਿਹਾ ਕੁਝ ਹੁੰਦਾ ਰਹੂਗਾ ਸਾਡੇ ਨਾਲ, ਇਹੋ ਜਿਹਾ ਕੁਝ ਹੁੰਦਾ ਰਹੂਗਾ। ਕਰਨਾਟਕ ਦੇ ਵਿੱਚ ਗੱਲ ਨਹੀਂ ਰੁਕਣੀ, ਇਹ ਪੂਰੇ ਦੇਸ਼ ਦੇ ਵਿੱਚ ਹਮਲੇ ਕਰਨਗੇ ਸਾਡੇ ਉੱਤੇ, ਸਾਡੇ ਨੌਜਵਾਨਾਂ ਦੇ ਉੱਤੇ, ਸਾਡੇ ਧੀਆਂ ਭੈਣਾਂ ਦੇ ਉੱਤੇ। ਇਸ ਕਰਕੇ ਹੁਣ ਸਮਾਂ ਇਹ ਆ, ਜਿਸ ਤਰ੍ਹਾਂ ਇਕੱਠੇ ਹੋਏ ਸੀ ਕਿਸਾਨ ਅੰਦੋਲਨ ਦੇ ਵਿੱਚ ਅਸੀਂ, ਉਸੇ ਤਰ੍ਹਾਂ ਅਸੀਂ ਹੁਣ ਵੀ ਇਕੱਠੇ ਹੋਣਾ, ਕਿਉਂਕਿ ਸਾਡਾ ਤਾਂ ਧਰਮ ਇਹ ਸਿਖਾਉਂਦਾ ਕਿ ਜੇ ਕਿਸੇ ਦੇ ਉੱਪਰ ਜ਼ੁਲਮ ਹੋ ਰਿਹਾ ਤਾਂ ਅਸੀਂ ਉਹਦੇ ਨਾਲ ਖੜ੍ਹੇ ਹਾਂ, ਅਸੀਂ ਉਹਦੇ ਨਾਲ ਖੜ੍ਹੇ ਹਾਂ। ਜੇ ਕੱਲ੍ਹ ਨੂੰ ਜਨੇਊ 'ਤੇ ਗੱਲ ਆਉਂਦੀ ਆ ਅਸੀਂ ਉਹਦੇ ਨਾਲ ਵੀ ਖੜ੍ਹਾਂਗੇ। ਸਾਡੇ ਗੁਰੂ ਜੀ ਖੜ੍ਹੇ ਸੀ ਨਾ, ਸਾਡੇ ਗੁਰੂ ਜੀ ਉਸ ਵਕਤ ਖੜ੍ਹੇ ਸੀ ਜਨੇਊ ਦੇ ਨਾਲ ਖੜ੍ਹੇ ਸੀ। ਅਤੇ ਅੱਜ ਅਸੀਂ ਜੇ ਸਾਡੀਆਂ ਭੈਣਾਂ ਦੇ ਉੱਤੇ ਹਿਜਾਬ ਦੇ ਉੱਤੇ ਕੋਈ ਉਂਗਲ ਕਰਦਾ ਜਾਂ ਕੋਈ ਜ਼ਬਰਦਸਤੀ ਕਰਨ ਦੀ ਗੱਲ ਕਰਦਾ ਤਾਂ ਅਸੀਂ ਉਹਨਾਂ ਦੇ ਨਾਲ ਵੀ ਖੜ੍ਹੇ ਹਾਂ, ਅਸੀਂ ਜ਼ੁਲਮ ਦੇ ਖਿਲਾਫ ਖੜ੍ਹੇ ਹਾਂ। ਮੈਂ ਨੌਜਵਾਨਾਂ ਨੂੰ ਕਹਿ ਦੇਣਾ ਚਾਹੁੰਦਾ ਕਿ ਬਿਲਕੁਲ ਵੀ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਹੈ। ਅਸੀਂ ਇੱਕ ਮਤ ਹੋ ਕੇ ਚੱਲੀਏ, ਇਕੱਠੇ ਹੋ ਕੇ ਚੱਲੀਏ, ਅਸੀਂ ਜਿੱਤਾਂਗੇ ਜ਼ਰੂਰ, ਕਿਉਂਕਿ ਸਾਨੂੰ ਜੰਗ ਜਾਰੀ ਰੱਖਣੀ ਪੈਣੀ ਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।